ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਹਿੰਮਤ ਕਰੋ, ਕਿਉਂਕਿ ਰਜਾਈਆਂ ਦੇ ਵਿੱਚ ਬੈਠ ਕੇ ਕਦੇ ਵੀ ਸੁਪਨੇ ਪੂਰੇ ਨਹੀਂ ਹੁੰਦੇ। ਹੁਨਰ ਤਾਂ ਸਭ ਦੇ ਵਿੱਚ ਹੁੰਦਾ ਹੈ, ਕਿਸੇ ਦਾ ਛਿਪ ਜਾਂਦਾ ਹੈ ਅਤੇ ਕਿਸੇ ਦਾ ਛੱਪ ਜਾਂਦਾ ਹੈ। ਜ਼ਿੰਦਗੀ ਦੇ ਵਿੱਚ ਮੁਸ਼ਕਿਲ ਰਸਤਿਆਂ 'ਤੇ ਜ਼ਰੂਰ ਹੀ ਚੱਲੋ, ਕੀ ਪਤਾ ਕਿਸ ਮੋੜ 'ਤੇ ਕਾਮਯਾਬੀ ਤੁਹਾਡਾ ਇੰਤਜ਼ਾਰ ਕਰ ਰਹੀ ਹੋਵੇ। ਹਰ ਇੱਕ ਨਵਾਂ ਦਿਨ ਤੁਹਾਡੇ ਲਈ ਨਵੀਂ ਤਾਕਤ ਅਤੇ ਨਵੇਂ ਮੌਕੇ ਲੈ ਕੇ ਆਉਂਦਾ ਹੈ। ਜ਼ਿੰਦਗੀ ਦੋ ਹੀ ਤਰੀਕਿਆਂ ਨਾਲ ਸੁਲਝਾਈ ਜਾ ਸਕਦੀ ਹੈ, ਇੱਕ ਤਾਂ ਸਹਿਣ ਸ਼ਕਤੀ ਦੇ ਨਾਲ ਅਤੇ ਦੂਸਰਾ ਸਮਝ ਸ਼ਕਤੀ ਦੇ ਨਾਲ। ਕੱਲ੍ਹ ਨੂੰ ਆਪਣੇ ਅੱਜ ਦਾ ਬਹੁਤਾ ਸਮਾਂ ਨਾ ਲੈਣ ਦਿਓ। ਮਿਹਨਤ ਕੁਝ ਇਸ ਤਰੀਕੇ ਦੇ ਨਾਲ ਕਰੋ ਕਿ ਰੱਬ ਵੀ ਸੋਚੇ ਮੈਂ ਇਹਦੀ ਕਿਸਮਤ ਵਿੱਚ ਲਿਖਿਆ ਕੀ ਸੀ ਅਤੇ ਇਹਨੇ ਲਿਖਵਾ ਮੈਥੋਂ ਕੀ ਲਿਆ ਹੈ।